ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰਾਮਦਾਸ ਜੀ ਦੇ ਦਰ ਦੀ ਸ਼ੋਭਾ ਸਾਰਾ ਸੰਸਾਰ ਕਰਦਾ ਆ ਰਿਹਾ ਹੈ ਇਸ ਦਰ ਤੇ ਸੱਚੇ ਦਿਲੋਂ ਕੀਤੀ ਅਰਦਾਸ ਗੁਰੂ ਰਾਮਦਾਸ ਪਾਤਸ਼ਾਹ ਜੀ ਜ਼ਰੂਰ ਸੁਣਦੇ ਹਨ ਅੱਜ ਅਸੀਂ ਤੁਹਾਨੂੰ ਇੱਕ ਨੋਖੀ ਅਤੇ ਚਮਤਕਾਰੀ ਘਟਨਾ ਬਾਰੇ ਦੱਸਣ ਜਾ ਰਹੇ ਹਾਂ ਦਿਸਣ ਨੂੰ ਸੁਣ ਤੁਹਾਡੇ ਮੂੰਹੋਂ ਆਪਣੇ ਆਪ ਹੀ ਧੰਨ ਗੁਰੂ ਰਾਮਦਾਸ ਜੀ ਨਿਕਲ ਜਾਵੇਗਾ ਗੱਲ ਹੈ ਅਮਰਸਰ ਦੇ ਹੀ ਨਜ਼ਦੀਕ ਪੈਂਦੇ ਪਿੰਡ ਪਗ ਦੂਪਰੇ ਦੀ ਜਿੱਥੇ ਸਰਦਾਰ ਗੁਰਬਖਸ਼ ਸਿੰਘ ਨਾਂ ਦੇ ਸਰਦੇ ਪੁੱਜ ਦੇ ਗੁਰਸਿੱਖ ਦਾ ਚੰਗਾ ਵੱਡਾ ਘਰ ਹੈ ਤੇ ਵੱਡੀਆਂ-ਵੱਡੀਆਂ ਕਈ ਗੱਡੀਆਂ ਵੀ ਉਹਨਾਂ ਦੇ ਘਰ ਅੱਗੇ ਖੜੀਆਂ ਹਨ ਹਰ ਸਾਲ ਉਹ ਆਪਣੇ ਘਰ ਵਿੱਚ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਨ ਲਈ ਪਾਠ ਕਰਵਾਉਂਦੇ ਹਨ ਹੈਰਾਨੀ ਦੀ ਗੱਲ ਇਹ ਹੈ ਕਿ ਉਹਨਾਂ ਕੋਲ ਸਿਰਫ 7 ਕਿੱਲੇ ਹੀ ਪੈਲੇ ਹੈ ਇੰਨੀ ਘੱਟ ਜ਼ਮੀਨ ਦੇ ਨਾਲ ਹੀ ਇੰਨਾ ਵੱਡਾ ਘਰ ਬਣਾਉਣਾ ਅਤੇ ਗੱਡੀਆਂ ਲੈਣੀਆਂ ਬੜਾ ਮੁਸ਼ਕਿਲ ਲੱਗਦਾ ਹੈ ਇਸ ਸਾਲ ਵੀ ਜਦੋਂ ਉਹਨਾਂ ਨੇ ਆਪਣੇ ਘਰ ਗੁਰੂ ਰਾਮਦਾਸ ਜੀ ਦੇ ਸ਼ੁਕਰਾਨੇ ਲਈ ਪਾਠ ਕਰਵਾਇਆ ਤਾਂ ਉੱਥੇ ਇੱਕ ਗੁਰਸਿੱਖ ਨੇ ਸਰਦਾਰ ਗੁਰਬਖਸ਼ ਸਿੰਘ ਜੀ ਤੋਂ ਉਹਨਾਂ ਦੀ ਤਰੱਕੀ ਦਾ ਰਾਜ਼ ਪੁੱਛਿਆ ਗੱਲਬਾਤ ਚੱਲੀ ਤਾਂ ਗੁਰਬਖਸ਼ ਸਿੰਘ ਜੀ ਨੇ ਦੱਸਿਆ ਕਿ ਉਹਨਾਂ ਦੀ ਆਮਦਨ ਦਾ ਸਾਧਨ ਸਿਰਫ 7 ਕਿੱਲੇ ਪੈੜੀ ਹੀ ਹੈ ਤਾਂ ਉੱਥੇ ਖੜੇ ਲੋਕ ਇਸ ਗੱਲ ਤੇ ਬੜੇ ਹੈਰਾਨ ਹੋਏ ਅਤੇ ਕਿਹਾ ਕਿ ਸਿਰਫ 7 ਕਿੱਲੇ ਜ਼ਮੀਨ ਦੀ ਖੇਤੀ ਤੋਂ ਇੰਨਾ ਕੁਝ ਨਹੀਂ ਬਣ ਸਕਦਾ ਇੰਨੀ ਖੇਤੀ ਨਾਲ ਗੁਜ਼ਾਰਾ ਤਾਂ ਵਧੀਆ ਹੋ ਸਕਦਾ ਹੈ ਪਰ ਐਡਾ ਆਲੀਸ਼ਾਨ ਘਰ ਤੇ ਮਹੰਗੀਆਂ ਗੱਡੀਆਂ ਸੰਭਵ ਨਹੀਂ ਹਨ ਇਹ ਕਿਵੇਂ ਬਣਿਆ ਇਹ ਸੁਣ ਕੇ ਸਰਦਾਰ ਗੁਰਬਖਸ਼ ਸਿੰਘ ਜੀ ਨੇ ਦੱਸਿਆ ਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ ਕਿ ਇਹ ਸਭ ਕੁਝ ਮੇਰਾ ਨਹੀਂ ਹੈ ਇਹ ਸਭ ਕੁਝ ਤਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਹੈ ਉਹਨਾਂ ਨੇ ਹੀ ਮੈਨੂੰ ਸਭ ਕੁਝ ਦਿੱਤਾ ਹੈ ਜਦੋਂ ਸਭ ਨੇ ਇਸ ਰਾਜ਼ ਤੋਂ ਪਰਦਾ ਚੁੱਕਣ ਲਈ ਸਰਦਾਰ ਗੁਰਬਖਸ਼ ਸਿੰਘ ਜੀ ਨੂੰ ਬੇਨਤੀ ਕੀਤੀ ਤਾਂ ਉਹਨਾਂ ਦੱਸਣਾ ਸ਼ੁਰੂ ਕੀਤਾ ਕਿ ਉਹ 7 ਕਿੱਲੇ ਜ਼ਮੀਨ ਦੀ ਖੇਤੀ ਵਿੱਚ ਆਪਣਾ ਵਧੀਆ ਗੁਜ਼ਾਰਾ ਕਰ ਰਹੇ ਸੀ ਜਦੋਂ ਉਹਨਾਂ ਦਾ ਲੜਕਾ ਜਵਾਨ ਹੋਇਆ ਤਾਂ ਬਾਕੀ ਲੜਕਿਆਂ ਵਾਂਗ ਹੀ ਉਸਨੇ ਵੀ ਵਿਦੇਸ਼ ਜਾਣ ਦੀ ਜिद ਕੀਤੀ ਮਜਬੂਰੀ ਵਸ ਉਹਨਾਂ ਨੇ ਕਰਜ਼ਾ ਚੁੱਕ ਕੇ 22 ਲੱਖ ਰੁਪਏ ਏਜੰਟ ਨੂੰ ਦੇ ਕੇ ਲੜਕੇ ਨੂੰ ਬਾਹਰ ਭੇਜਿਆ ਪਰ ਏਜੰਟ ਨੇ ਉਹਨਾਂ ਨਾਲ ਧੋਖਾ ਕੀਤਾ ਅਤੇ ਉਹਨਾਂ ਦਾ ਲੜਕਾ ਰਸਤੇ ਵਿੱਚ ਹੀ ਕਿਤੇ ਫਸ ਗਿਆ ਉਧਰੋਂ ਏਜੰਟ ਵੀ 22 ਲੱਖ ਰੁਪਏ ਲੈ ਕੇ ਫਰਾਰ ਹੋ ਗਿਆ ਅਤੇ ਇਧਰ ਸਰਦਾਰ ਗੁਰਬਖਸ਼ ਸਿੰਘ ਤੇ ਮੁਸੀਬਤਾਂ ਦਾ ਪਹਾੜ ਟੁੱਟ ਗਿਆ ਸਰੀਰ ਅਤੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਪੈਸੇ ਵੀ ਚਲੇ ਗਏ ਅਤੇ ਮੁੰਡਾ ਵੀ ਸਿਰੇ ਨਹੀਂ ਸੀ ਲੱਗਿਆ ਉਪਰੋਂ ਮੁੰਡੇ ਦੀ ਜਾਨ ਬਚਾਉਣ ਲਈ ਅਤੇ ਉਸ ਨੂੰ ਵਾਪਸ ਮੰਗਵਾਉਣ ਲਈ 4 ਲੱਖ ਰੁਪਇਆ ਹੋਰ ਲੱਗ ਗਿਆ ਹੁਣ ਉਹ 26 ਲੱਖ ਦੇ ਕਰਜ਼ਈ ਹੋ ਚੁੱਕੇ ਸਨ ਉਧਰੋਂ ਉਹਨਾਂ ਨੇ ਆਪਣੀ ਬੇਟੀ ਦਾ ਵਿਆਹ ਵੀ ਕਰਨਾ ਸੀ ਪਰ ਕਰਜ਼ੇ ਵਾਲੇ ਘਰ ਵਿੱਚ ਰਿਸ਼ਤਾ ਕੌਣ ਕਰਦਾ ਹੈ ਸੋ ਇਨ੍ਹਾਂ ਪਰੇਸ਼ਾਨੀਆਂ ਦੇ ਕਾਰਨ ਉਹ ਮੈਂਟਲੀ ਤੌਰ ਤੇ ਡਿਸਟਰਬ ਹੋ ਗਏ ਸਨ ਅਤੇ ਇੱਕ ਦਿਨ ਰੋਣ ਤੋਂ ਬਾਅਦ ਉਹਨਾਂ ਸੋਚਿਆ ਕਿ ਜੇਕਰ ਉਹ ਆਪਣਾ ਸਰੀਰ ਹੀ ਖਤਮ ਕਰ ਲਵੇ ਤਾਂ ਕੋਈ ਪਰੇਸ਼ਾਨੀ ਨਹੀਂ ਨਹੀਂ ਰਹੇਗੀ ਜੋ ਵੀ ਪਰੇਸ਼ਾਨੀ ਹੈ ਉਹ ਸਰੀਰ ਨਾਲ ਹੀ ਹੈ ਸਰੀਰ ਖਤਮ ਹੋ ਜਾਏਗਾ ਤਾਂ ਪਰੇਸ਼ਾਨੀਆਂ ਵੀ ਖਤਮ ਹੋ ਜਾਣਗੀਆਂ ਅਤੇ ਮੇਰੇ ਪਿੱਛੇ ਜੋ ਮਰਜ਼ੀ ਹੁੰਦਾ ਰਹੀ ਆਤਮ ਹੱਤਿਆ ਦਾ ਵਿਚਾਰ ਉਹਨਾਂ ਦੇ ਮਨ ਤੇ ਇੰਨਾ ਭਾਰੀ ਪੈ ਗਿਆ ਕਿ ਉਹਨਾਂ ਨੇ ਆਤਮ ਹੱਤਿਆ ਕਰਨ ਦਾ ਦਿਨ ਵੀ ਮਿਥ ਲਿਆ ਪਰ ਮਰਨ ਤੋਂ ਪਹਿਲਾਂ ਉਹ ਇੱਕ ਵਾਰ ਹਰਮੰਦਰ ਸਾਹਿਬ ਮੱਥਾ ਟੇਕਣਾ ਚਾਹੁੰਦੇ ਸੀ ਇਸ ਦੇ ਚਲਦਿਆਂ ਉਹ ਮਿੱਥੇ ਦਿਨ ਤੋਂ ਇੱਕ ਦਿਨ ਪਹਿਲਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚ ਗਏ ਉਹ ਅੰਮ੍ਰਿਤ ਵੇਲੇ ਹੀ ਉੱਥੇ ਪਹੁੰਚ ਗਏ ਸਨ ਉਸ ਤੋਂ ਬਾਅਦ ਉਹਨਾਂ ਨੇ ਮੱਥਾ ਟੇਕਿਆ कीर्तन ਸੁਣਿਆ ਅਤੇ ਲੰਗਰ ਛਕਣ ਤੋਂ ਬਾਅਦ ਉਥੋਂ ਜਾਣ ਲੱਗੀ ਤਾਂ ਦਰਸ਼ਨੀ ਜੋੜੀ ਦੇ ਦਰਵਾਜ਼ੇ ਤੇ ਖੜਕੇ ਹਰਮੰਦਰ ਸਾਹਿਬ ਵੱਲ ਮੂੰਹ ਕਰਕੇ ਉਹਨਾਂ ਦੇ ਲੋ ਇੱਕ ਅਰਦਾਸ ਕੀਤੀ ਉਹਨਾਂ ਕਿਹਾ ਕਿ हे ਗੁਰੂ ਰਾਮਦਾਸ ਪਾਤਸ਼ਾਹ ਜੀ ਮੈਂ ਆਪਣਾ ਪਰਿਵਾਰ ਤੁਹਾਡੇ ਹਵਾਲੇ ਕਰ ਚੱਲਿਆ ਹਾਂ ਮੇਰੇ ਪਰਿਵਾਰ ਦਾ ਖਿਆਲ ਤੁਸੀਂ ਹੀ ਰੱਖਣਾ ਹੁਣ ਮੈਂ ਆਪਣੀ ਜ਼ਿੰਦਗੀ ਖਤਮ ਕਰਨ ਲੱਗਾ ਹਾਂ ਮੈਨੂੰ ਮਾਫ਼ ਕਰ ਦੇਣਾ ਗੁਰਬਖਸ਼ ਸਿੰਘ ਦੇ ਦਿਲ ਵਿੱਚੋਂ ਨਿਕਲੀ ਅਰਦਾਸ ਨਹੀਂ ਉਹਨਾਂ ਨੂੰ ਫਿਰ ਤੋਂ ਰਵਾ ਦਿੱਤਾ ਉਸ ਤੋਂ ਬਾਅਦ ਉਹ ਬੱਸ ਸਟੈਂਡ ਵੱਲ ਚੱਲ ਪਏ ਬੱਸ ਵੱਲ ਜਾਂਦਿਆਂ ਇੱਕ ਆਦਮੀ ਉਹਨਾਂ ਕੋਲ ਆਉਂਦਾ ਹੈ ਤਾਂ ਕਹਿੰਦਾ ਹੈ ਕਿ ਸਾਰੀਆਂ ਲਾਟਰੀਆਂ ਵਿਗ ਗਈਆਂ ਨੇ ਸਿਰਫ ਆਖਰੀ ਲਾਟਰੀ ਬਚੀ ਹੈ ਤੁਸੀਂ ਇਹ ਟਿਕਟ ਖਰੀਦ ਲਵੋ ਅਤੇ ਲਾਟਰੀ ਪਾ ਲਵੋ ਸਰਦਾਰ ਗੁਰਬਖਸ਼ ਸਿੰਘ ਨੇ ਗੁੱਸੇ ਵਿੱਚ ਉਸਨੂੰ ਮਨਾ ਕਰ ਦਿੱਤਾ ਕਿਉਂਕਿ ਉਹਨਾਂ ਦਾ ਦੁਨਿਆਵੀ ਮੋਹ ਹੁਣ ਖਤਮ ਹੋ ਚੁੱਕਾ ਸੀ ਬੱਸ ਵਿੱਚ ਚੜ ਕੇ ਜਦੋਂ ਗੁਰਬਖਸ਼ ਸਿੰਘ ਜੀ ਸੀਟ ਤੇ ਬੈਠੇ ਤਾਂ ਉਹ ਲੋਟਰੀ ਵਾਲਾ ਵੀ ਉਹਨਾਂ ਦੇ ਪਿੱਛੇ ਬੱਸ ਵਿੱਚ ਹੀ ਆ ਗਿਆ ਉਸਨੇ ਫੇਰ ਲੋਟਰੀ ਪਾਉਣ ਲਈ ਸਰਦਾਰ ਗੁਰਬਖਸ਼ ਸਿੰਘ ਜੀ ਨੂੰ ਕਿਹਾ ਤਾਂ ਗੋ ਸਰਦਾਰ ਗੁਰਬਖਸ਼ ਸਿੰਘ ਜੀ ਨੇ ਉਸ ਨੂੰ ਝਟਕ ਦਿੱਤਾ ਅਤੇ ਕਿਹਾ ਕਿ ਮੈਂ ਪਹਿਲਾਂ ਹੀ ਬਹੁਤ ਦੁਖੀ ਹਾਂ ਤੂੰ ਮੈਨੂੰ ਹੋਰ ਦੁਖੀ ਨਾ ਕਰ ਇਹਨਾਂ ਨੂੰ ਬੱਸ ਚੱਲਣ ਲਈ ਸਟਾਰਟ ਹੋ ਗਈ ਤਾਂ ਲੋਟਰੀ ਵਾਲੇ ਨੇ ੱੱਕੇ ਨਾਲ ਲੋਟਰੀ ਟਿਕਟ ਸਰਦਾਰ ਗੁਰਬਖਸ਼ ਸਿੰਘ ਜੀ ਦੇ ਜੇਬ ਵਿੱਚ ਪਾ ਦਿੱਤੀ ਅਤੇ ਕਿਹਾ ਕਿ ਜੇਕਰ ਇਹ ਲੋਟਰੀ ਨਿਕਲਾਈ ਮੈਨੂੰ ਮੇਰੇ ਪੈਸੇ ਦੇ ਦੇਣਾ ਅਤੇ ਜੇਕਰ ਨਾਲ ਨਿਕਲੀ ਤਾਂ ਰਹਿਣ ਦੇਣਾ ਜਦੋਂ ਬਸ ਚੱਲ ਰਹੀ ਸੀ ਤਾਂ ਸਰਦਾਰ ਗੁਰਬਖਸ਼ ਸਿੰਘ ਜੀ ਦੇ ਮਨ ਵਿੱਚ ਬਾਰ ਬਾਰ ਇੱਕ ਗੱਲ ਆ ਰਹੀ ਸੀ ਕਿ ਅੱਜ ਕੱਲ ਦੇ ਸਮੇਂ ਵਿੱਚ ਕੋਈ ਬਿਨਾਂ ਪੈਸੇ ਲਏ ਹੀ ਉਸ ਨੂੰ ਟਿਕਟ ਕਿਵੇਂ ਦੇ ਗਿਆ ਜ਼ਰੂਰ ਹੀ ਇਹ ਪਰਮਾਤਮਾ ਦਾ ਕੋਈ ਇਸ਼ਾਰਾ ਹੈ ਫਿਰ ਉਹਨਾਂ ਉਹ ਲੋਟਰੀ ਟਿਕਟ ਜੇਬ ਚੋਂ ਬਾਹਰ ਕੱਢ ਕੇ ਦੇਖੀ ਤਾਂ ਉਹ 2 ਕਰੋੜ ਵਾਲੀ ਲੋਟਰੀ ਸੀ ਕੁਝ ਸੋਚ ਕੇ ਉਹਨਾਂ ਲੋਟਰੀ ਜੇਬ ਵਿੱਚ ਪਾਈ ਅਤੇ ਆਪਣੇ ਪਿੰਡ ਜਾ ਕੇ ਆਪਣੇ ਮਿੱਤਰ ਨੂੰ ਮਿਲੇ ਉਸ ਮਿੱਤਰ ਨੂੰ ਤਾਂ ਲੋਟਰੀ ਬਾਰੇ ਕੁਝ ਨਹੀਂ ਸੀ ਪਤਾ ਪਰ ਮਿੱਤਰ ਨੇ ਅੱਗੋਂ ਕਿਸੇ ਤੋਂ ਪੁੱਛ ਕੇ ਦੱਸਿਆ ਕਿ ਇਸ ਲੋਟਰੀ ਦਾ ਡਰਾ ਹਰ ਮੰਗਲਵਾਰ ਨੂੰ ਨਿਕਲਦਾ ਹੈ ਗੁਰਬਖਸ਼ ਸਿੰਘ ਜੀ ਨੇ ਸੋਚਿਆ ਕਿ ਆਤਮ ਹੱਤਿਆ ਵੀ ਕੱਲ ਹੀ ਕਰਨੀ ਐ ਤੇ ਲੋਟਰੀ ਦਾ ਡਰਾ ਵੀ ਕੱਲ ਹੈ ਜ਼ਰੂਰੇ ਮੇਰੇ ਲਈ ਕੋਈ ਇਸ਼ਾਰਾ ਹੈ ਅਗਲੇ ਦਿਨ ਸਰਦਾਰ ਗੁਰਬਖਸ਼ ਸਿੰਘ ਜੀ ਦੇ ਪੁੱਛਣ ਤੋਂ ਪਹਿਲਾਂ ਹੀ ਉਹਨਾਂ ਦੇ ਮਿੱਤਰ ਨੇ ਫੋਨ ਤੇ ਉਹਨਾਂ ਤੋਂ ਲੋਟਰੀ ਦਾ ਨੰਬਰ ਲੈ ਕੇ ਅੱਗੇ ਭੇਜ ਦਿੱਤਾ ਲਗਭਗ 2 ਘੰਟੇ ਬਾਅਦ ਉਹਨਾਂ ਦੇ ਮਿੱਤਰ ਦਾ ਫੋਨ ਆਇਆ ਅਤੇ ਕਿਹਾ ਕਿ ਸਰਦਾਰ ਜੀ ਤੁਸੀਂ ਕਿਸੇ ਕੁਰਸੀ ਤੇ ਬੈਠ ਜਾਵੋ ਅਤੇ ਪਾਣੀ ਦਾ ਗਲਾਸ ਵੀ ਪੀ ਲਵੋ ਉਸ ਤੋਂ ਬਾਅਦ ਦੁਕਾਨਦਾਰ ਨੇ ਦੱਸਿਆ ਕਿ ਸਰਦਾਰ ਜੀ ਤੁਹਾਡੀ 2 ਕਰੋੜ ਦੀ ਲੋਟਰੀ ਲੱਗ ਗਈ ਹੈ ਸਰਦਾਰ ਗੁਰਬਖਸ਼ ਸਿੰਘ ਜੀ ਦੀਆਂ ਅੱਖਾਂ ਵਿੱਚ ਇੱਕ ਵਾਰ ਫਿਰ ਤੋਂ ਹੰਝੂ ਆ ਗਏ ਅਤੇ ਉਹਨਾਂ ਦਾ ਮਨ ਸ਼ੁਕਰਾਨੇ ਨਾਲ ਭਰ ਗਿਆ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਕਿਸ ਤਰ੍ਹਾਂ ਸ਼ੁਕਰਾਨਾ ਕਰਨ ਸਰਦਾਰ ਗੁਰਬਖਸ਼ ਸਿੰਘ ਜੀ ਨੂੰ ਲੋਟਰੀ ਦੇ 1 ਕਰੋੜ 86 ਲੱਖ ਰੁਪਏ ਮਿਲੇ ਜਿਸ ਤੋਂ ਉਹਨਾਂ ਨੇ ਆਪਣਾ ਕਰਜ਼ ਮੋੜਿਆ ਆਪਣਾ ਘਰ ਬਣਾਇਆ ਬੇਟੀ ਦਾ ਵਿਆਹ ਕੀਤਾ ਅਤੇ ਲੜਕੇ ਨੂੰ ਵੀ ਵਿਦੇਸ਼ ਭੇਜ ਦਿੱਤਾ ਅਤੇ ਹਰ ਸਾਲ ਉਹ ਗੁਰੂ ਰਾਮਦਾਸ ਜੀ ਦੇ ਸ਼ੁਕਰਾਨੇ ਵਜੋਂ ਘਰ ਵਿੱਚ ਪਾਠ ਕਰਵਾਉਂਦੇ ਹਨ ਕੁਝ ਪੈਸੇ ਅਜੇ ਵੀ ਉਹਨਾਂ ਦੇ ਅਕਾਊਂਟ ਵਿੱਚ ਪਏ ਨਹੀਂ ਅਤੇ ਇਨ੍ਹਾਂ ਪੈਸਿਆਂ ਨਾਲ ਉਹਨਾਂ ਨੇ ਕੋਈ ਜ਼ਮੀਨ ਨਹੀਂ ਖਰੀਦੀ ਅਤੇ ਨਾ ਹੀ ਖਰੀਦਣਗੇ ਪਰ ਉਹਨਾਂ ਕਿਹਾ ਕਿ ਜਿੰਨਾ ਚਿਰ ਉਹਨਾਂ ਦੇ ਸਾਹ ਚੱਲਣਗੇ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਦੇ ਰਹਿਣਗੇ ਅਤੇ ਘਰ ਵਿੱਚ ਪਾਠ ਕਰਾਉਂਦੇ ਰਹਿਣਗੇ ਸੋ ਇਸ ਤਰ੍ਹਾਂ ਸਰਦਾਰ ਗੁਰਬਖਸ਼ ਸਿੰਘ ਜੀ ਨੇ ਆਪਣੇ ਉੱਪਰ ਹੋਈ ਕਿਰਪਾ ਬਾਰੇ ਸਭ ਨੂੰ ਦੱਸਿਆ ਲੋਟਰੀ ਪਾਉਣਾ ਗੁਰਮਤ ਨਹੀਂ ਹੈ ਅਤੇ ਨਾ ਹੀ ਲੋਟਰੀ ਪਾਉਣ ਦੇ ਪੱਖ ਵਿੱਚ ਹਾਂ ਅਤੇ ਨਾ ਹੀ ਇਸ ਵੀਡੀਓ ਤੋਂ ਬਾਅਦ ਲੋਟਰੀ ਪਵਣਾ ਇਸ ਵੀਡੀਓ ਦਾ ਉਦੇਸ਼ ਹੈ ਇਸ ਵੀਡੀਓ ਦਾ ਉਦੇਸ਼ ਸਿਰਫ ਇਹ ਦੱਸਣਾ ਹੈ ਕਿ ਜੇਕਰ ਅਰਦਾਸ ਸੱਚੇ ਦਿਲੋਂ ਨਿਕਲੀ ਹੁੰਦੀ ਹੈ ਤਾਂ ਗੁਰੂ ਪਾਤਸ਼ਾਹ ਜ਼ਰੂਰ ਲਾਜ ਰੱਖਦੇ ਨੇ ਇਸ ਵੀਡੀਓ ਵਿੱਚ ਅਰਦਾਸ ਦੀ ਸ਼ਕਤੀ ਅਤੇ ਗੁਰੂ ਦੀ ਕਿਰਪਾ ਬਾਰੇ ਦੱਸਿਆ ਗਿਆ ਹੈ ਗੁਰੂ ਪਾਤਸ਼ਾਹ ਸਮਰੱਥ ਹਨ ਅਤੇ ਹਮੇਸ਼ਾ ਆਪਣੇ ਭਗਤਾਂ ਦੀ ਲਾਜ ਰੱਖਦੇ ਹਨ ਤੁਹਾਨੂੰ ਵੀ ਜੇਕਰ ਇਹ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ